ਸਭ ਤੋਂ ਪਹਿਲਾਂ ਤਾਂ ਮਹਾ ਸ਼ਿਵਰਾਤਰੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮਹਾ ਸ਼ਿਵਰਾਤਰੀ ਦੀ। ਅੱਜ ਪੂਰੇ ਦੇਸ਼ ਵਿੱਚ ਮਹਾ ਸ਼ਿਵਰਾਤਰੀ ਦਾ ਪਰਵ ਮਨਾਇਆ ਜਾ ਰਿਹਾ, ਲੰਗਰ ਲਾਏ ਜਾ ਰਹੇ ਆ, ਭਜਨ ਵੰਦਨਾ ਕੀਤੀ ਜਾ ਰਹੀ ਆ। ਉੱਥੇ ਹੀ ਗੁੱਗਾ ਮਾੜੀ ਕਮੇਟੀ ਵੱਲੋਂ 22ਵਾਂ ਵਿਸ਼ਾਲ ਭੰਡਾਰਾ ਤੇ ਸਤਸੰਗ ਕਰਵਾਇਆ ਗਿਆ ਗੁੱਗਾ ਮਾੜੀ ਕਮੇਟੀ ਵੱਲੋਂ ਡੁਗਰੀ ਰੋਡ ਤੇ। ਸਮੁੱਚੀ ਕਮੇਟੀ ਵੱਲੋਂ ਲੁਧਿਆਣਾ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਲੱਖ ਲੱਖ ਵਧਾਈਆਂ। ਤੇ ਚਰਨਾਂ 'ਚ ਇਹ ਕਾਮਨਾ ਕਰਦੇ ਆ, ਹੱਥ ਜੋੜ ਕੇ ਬੇਨਤੀ ਕਰਦੇ ਆ, ਜਿਹੜੀ ਬਾਹਰਲੇ ਮੁਲਕਾਂ 'ਚ ਲੜਾਈ ਲੱਗੀ ਹੋਈ ਆ, ਉਹ ਲੋਕ ਜਿਹੜੇ ਇੰਡੀਆ ਦੇ ਉਸ ਪਤਨਾ ਵਿੱਚ ਬੈਠੇ ਆ ਉਹ ਸੁਰੱਖਿਅਤ ਹੋ ਕੇ ਵਾਪਸ ਆਣ ਤੇ ਜਿਹੜੀ ਜੰਗ ਆ ਇਹ ਖਤਮ ਹੋ ਜਾਵੇ, ਸ਼ਾਂਤੀ ਹੋ ਜਾਵੇ। ਤੇ ਜਿਸ ਤਰ੍ਹਾਂ ਦੀ ਅੱਜ ਜੰਗ ਲੱਗੀ ਆ ਇਹਦੇ ਨਾਲ ਬਹੁਤ ਚਿੰਤਾਜਨਕ ਗੱਲ ਆ। ਅਪੀਲ ਕਰਦੇ ਆ ਭੋਲੇ ਨਾਥ ਦੇ ਚਰਨਾਂ 'ਚ, ਹੇ ਈਸ਼ਵਰ, ਇਦਾਂ ਦੀ ਜੰਗ ਨੂੰ ਸਮਾਪਤ ਕਰ ਦਿੱਤਾ ਜਾਵੇ। ਸਭ ਤੋਂ ਪਹਿਲਾਂ ਤਾਂ ਮਹਾ ਸ਼ਿਵਰਾਤਰੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮਹਾ ਸ਼ਿਵਰਾਤਰੀ ਦੀ। ਅੱਜ ਪੂਰੇ ਦੇਸ਼ ਵਿੱਚ ਮਹਾ ਸ਼ਿਵਰਾਤਰੀ ਦਾ ਪਰਵ ਮਨਾਇਆ ਜਾ ਰਿਹਾ, ਲੰਗਰ ਲਾਏ ਜਾ ਰਹੇ ਆ, ਭਜਨ ਵੰਦਨਾ ਕੀਤੀ ਜਾ ਰਹੀ ਆ। ਉੱਥੇ ਹੀ ਗੁੱਗਾ ਮਾੜੀ ਕਮੇਟੀ ਵੱਲੋਂ 22ਵਾਂ ਵਿਸ਼ਾਲ ਭੰਡਾਰਾ ਤੇ ਸਤਸੰਗ ਕਰਵਾਇਆ ਗਿਆ ਗੁੱਗਾ ਮਾੜੀ ਕਮੇਟੀ ਵੱਲੋਂ ਡੁਗਰੀ ਰੋਡ ਤੇ। ਸਮੁੱਚੀ ਕਮੇਟੀ ਵੱਲੋਂ ਲੁਧਿਆਣਾ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਲੱਖ ਲੱਖ ਵਧਾਈਆਂ। ਤੇ ਚਰਨਾਂ 'ਚ ਇਹ ਕਾਮਨਾ ਕਰਦੇ ਆ, ਹੱਥ ਜੋੜ ਕੇ ਬੇਨਤੀ ਕਰਦੇ ਆ, ਜਿਹੜੀ ਬਾਹਰਲੇ ਮੁਲਕਾਂ 'ਚ ਲੜਾਈ ਲੱਗੀ ਹੋਈ ਆ ਉਹ ਲੋਕ ਜਿਹੜੇ ਇੰਡੀਆ ਦੇ ਉਸ ਪਤਨਾ ਵਿੱਚ ਬੈਠੇ ਆ ਉਹ ਸੁਰੱਖਿਅਤ ਹੋ ਕੇ ਵਾਪਸ ਆਣ ਤੇ ਜਿਹੜੀ ਜੰਗ ਆ ਇਹ ਖਤਮ ਹੋ ਜਾਵੇ, ਸ਼ਾਂਤੀ ਹੋ ਜਾਵੇ। ਤੇ ਜਿਸ ਤਰ੍ਹਾਂ ਦੀ ਅੱਜ ਜੰਗ ਲੱਗੀ ਆ ਇਹਦੇ ਨਾਲ ਬਹੁਤ ਚਿੰਤਾਜਨਕ ਗੱਲ ਆ। ਅਪੀਲ ਕਰਦੇ ਆ ਭੋਲੇ ਨਾਥ ਦੇ ਚਰਨਾਂ 'ਚ, ਹੇ ਈਸ਼ਵਰ, ਇਦਾਂ ਦੀ ਜੰਗ ਨੂੰ ਸਮਾਪਤ ਕਰ ਦਿੱਤਾ ਜਾਵੇ। ਸਭ ਤੋਂ ਪਹਿਲਾਂ ਤਾਂ ਮਹਾ ਸ਼ਿਵਰਾਤਰੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮਹਾ ਸ਼ਿਵਰਾਤਰੀ ਦੀ। ਅੱਜ ਪੂਰੇ ਦੇਸ਼ ਵਿੱਚ ਮਹਾ ਸ਼ਿਵਰਾਤਰੀ ਦਾ ਪਰਵ ਮਨਾਇਆ ਜਾ ਰਿਹਾ, ਲੰਗਰ ਲਾਏ ਜਾ ਰਹੇ ਆ, ਭਜਨ ਵੰਦਨਾ ਕੀਤੀ ਜਾ ਰਹੀ ਆ। ਉੱਥੇ ਹੀ ਗੁੱਗਾ ਮਾੜੀ ਕਮੇਟੀ ਵੱਲੋਂ 22ਵਾਂ ਵਿਸ਼ਾਲ ਭੰਡਾਰਾ ਤੇ ਸਤਸੰਗ ਕਰਵਾਇਆ ਗਿਆ ਗੁੱਗਾ ਮਾੜੀ ਕਮੇਟੀ ਵੱਲੋਂ ਡੁਗਰੀ ਰੋਡ ਤੇ। ਸਮੁੱਚੀ ਕਮੇਟੀ ਵੱਲੋਂ ਲੁਧਿਆਣਾ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਲੱਖ ਲੱਖ ਵਧਾਈਆਂ। ਤੇ ਚਰਨਾਂ 'ਚ ਇਹ ਕਾਮਨਾ ਕਰਦੇ ਆ, ਹੱਥ ਜੋੜ ਕੇ ਬੇਨਤੀ ਕਰਦੇ ਆ, ਜਿਹੜੀ ਬਾਹਰਲੇ ਮੁਲਕਾਂ 'ਚ ਲੜਾਈ ਲੱਗੀ ਹੋਈ ਆ ਉਹ ਲੋਕ ਜਿਹੜੇ ਇੰਡੀਆ ਦੇ ਉਸ ਪਤਨਾ ਵਿੱਚ ਬੈਠੇ ਆ ਉਹ ਸੁਰੱਖਿਅਤ ਹੋ ਕੇ ਵਾਪਸ ਆਣ ਤੇ ਜਿਹੜੀ ਜੰਗ ਆ ਇਹ ਖਤਮ ਹੋ ਜਾਵੇ, ਸ਼ਾਂਤੀ ਹੋ ਜਾਵੇ। ਤੇ ਜਿਸ ਤਰ੍ਹਾਂ ਦੀ ਅੱਜ ਜੰਗ ਲੱਗੀ ਆ ਇਹਦੇ ਨਾਲ ਬਹੁਤ ਚਿੰਤਾਜਨਕ ਗੱਲ ਆ। ਅਪੀਲ ਕਰਦੇ ਆ ਭੋਲੇ ਨਾਥ ਦੇ ਚਰਨਾਂ 'ਚ, ਹੇ ਈਸ਼ਵਰ, ਇਦਾਂ ਦੀ ਜੰਗ ਨੂੰ ਸਮਾਪਤ ਕਰ ਦਿੱਤਾ ਜਾਵੇ।